ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਹਰਜਸ ਮੀਟਿੰਗ 'ਤੇ ਤੁਹਾਡਾ ਬਹੁਤ ਬਹੁਤ। ਅੱਜ ਮੈਂ ਤੁਹਾਡੇ ਲਈ ਲੇਡੀਜ਼ ਕੋਟੀ ਜੈਕਟ ਸਵੈਟਰ ਵਾਸਤੇ ਬਹੁਤ ਹੀ ਸੋਹਣਾ ਜਿਹਾ ਡਿਜ਼ਾਇਨ ਲੈ ਕਰ ਆਈ ਹਾਂ। ਬੱਚਿਆਂ ਦੀ ਫਰੋਕ 'ਤੇ ਵੀ ਪਾ ਸਕਦੇ ਹੈ ਅਤੇ ਬਹੁਤ ਸੋਹਣਾ ਡਿਜ਼ਾਇਨ ਹੈ, ਆਸਾਨੀ ਨਾਲ ਬਣਨ ਵਾਲਾ ਹੈ ਅਤੇ ਚਾਰ ਚਾਰ ਕੁੰਡਿਆਂ 'ਤੇ ਡਿਜ਼ਾਇਨ ਪੈਂਦਾ ਅਤੇ ਵਿੱਚ ਦੋ ਸਿਲਾਈਆਂ, ਤਿੰਨ ਸਿੱਧੇ ਇੱਕ ਪੁੱਠਾ, ਇਸ ਤਰ੍ਹਾਂ ਪੈਂਦੀਆਂ ਨੇ। ਸਿੱਧਿਆਂ ਦੇ ਉੱਪਰ ਸਿੱਧੇ, ਪੁੱਠਿਆਂ ਦੇ ਉੱਪਰ ਪੁੱਠੇ, ਇਸ ਤਰ੍ਹਾਂ। ਅਤੇ ਚੌਥੀ ਸਿਲਾਈ ਦੇ ਵਿੱਚ ਇਹ ਡਿਜ਼ਾਇਨ ਫਿਰ ਤੋਂ ਵਰਤੋਂ ਪੈਂਦਾ। ਇਹ ਮੈਂ ਹੁਣ ਪਾਉਣ ਲੱਗੀ ਹਾਂ ਅਤੇ ਇਸ ਕਰਕੇ ਤੁਹਾਨੂੰ ਵੀ ਇਹ ਡਿਜ਼ਾਇਨ ਪਸੰਦ ਆਵੇ ਤਾਂ ਇਸਨੂੰ ਲਾਈਕ ਕਰਨਾ ਜੀ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਇੱਕ ਕੁੰਡਾ ਮੈਂ ਪੁੱਠਾ ਬੁਣ ਲਿਆ, ਆਹ ਤਿੰਨ ਕੁੰਡੇ ਆ, ਧਾਗਾ ਅੱਗੇ ਰੱਖਦਿਆਂ ਹੋਇਆ ਜੀ। ਇਹ ਤਿੰਨੇ ਕੁੰਡਿਆਂ ਦਾ ਇੱਕ ਇਸ ਤਰ੍ਹਾਂ ਕਰ ਲੈਣਾ, ਇੱਕ ਜਾਲੀ ਬਣ ਜਾਣੀ ਆ ਔਰ ਇੱਕ ਜਾਲੀ ਬਣ ਗਈ ਔਰ ਤਿੰਨ ਕੁੰਡਿਆਂ ਦਾ ਇੱਕ ਹੋ ਗਿਆ। ਅੱਗੇ ਫਿਰ ਧਾਗਾ ਪਿੱਛੇ ਹੀ ਹੈ ਔਰ ਫਿਰ ਉੱਪਰ ਦੀ ਬਲ ਦਿੰਦਿਆਂ ਹੋਇਆ ਇੱਕ ਕੁੰਡਾ ਪੁੱਠਾ ਬਣਾ ਲਿਆ ਔਰ ਫਿਰ ਇਹ ਤਿੰਨ ਕੁੰਡਿਆਂ ਦੇ ਇੱਕ ਕਰ ਲੈਣਾ। ਇਸ ਤਰ੍ਹਾਂ ਜਿਹੜੇ ਸਿੱਧੇ ਕੁੰਡੇ ਆ ਤਿੰਨਾਂ ਤਿੰਨਾਂ ਦਾ ਇੱਕ, ਪੁੱਠੇ ਕੁੰਡੇ ਦੇ ਦੋਨੇ ਪਾਸੇ ਜਾਲੀ ਇਸ ਤਰ੍ਹਾਂ। ਇਹ ਸਾਰੀ ਸਿਲਾਈ ਕੰਪਲੀਟ ਹੋ ਗਈ ਹੈ। ਪੁੱਠੀ ਸਿਲਾਈ ਹੈ, ਪੁੱਠਿਆਂ ਦੇ ਉੱਪਰ ਪੁੱਠੇ ਔਰ ਸਿੱਧਿਆਂ ਦੇ ਉੱਪਰ ਸਿੱਧੇ, ਇਸ ਤਰ੍ਹਾਂ ਇਹ ਡਿਜ਼ਾਇਨ ਪਏਗਾ। ਸਿਲਾਈ ਪੈਣੀ ਹੈ ਪੁੱਠੀ, ਇਹ ਸਾਰੀ ਸਿਲਾਈ ਕੰਪਲੀਟ ਹੋ ਗਈ ਹੈ ਅਤੇ ਇਸ ਤੋਂ ਬਾਅਦ ਸਿੱਧਿਆਂ ਦੇ ਉੱਪਰ ਸਿੱਧੇ, ਪੁੱਠਿਆਂ ਦੇ ਉੱਪਰ ਪੁੱਠੇ, ਇਸੇ ਤਰ੍ਹਾਂ ਹੀ ਬੁਣਨੇ ਆ। ਬੜਾ ਸੌਖਾ ਡਿਜ਼ਾਇਨ ਹੈ ਔਰ ਬਹੁਤ ਸੋਹਣਾ ਲੱਗਦਾ ਹੈਗਾ, ਸੌਖਾ ਵੀ ਹੈ, ਸੋਹਣਾ ਵੀ ਹੈ, ਆਸਾਨੀ ਨਾਲ ਬਣਨ ਵਾਲਾ ਡਿਜ਼ਾਇਨ ਬਣੀ। ਇਸੇ ਤਰ੍ਹਾਂ ਇਹ ਸਿਲਾਈ ਪੁੱਠੀ ਪੈ ਜਾਣੀ ਹੈ,
ਸਿੱਧਿਆਂ ਦੇ ਉੱਪਰ ਸਿੱਧੇ, ਪੁੱਠਿਆਂ ਦੇ ਉੱਪਰ ਪੁੱਠੇ, ਇਸੇ ਤਰ੍ਹਾਂ ਬੁਣਦੇ ਹੋਏ ਡਿਜ਼ਾਇਨ ਇਹ ਸਿਲਾਈ ਪਾ ਕੇ, ਫਿਰ ਉਸ ਤੋਂ ਬਾਅਦ ਫਿਰ ਇਸੇ ਤਰ੍ਹਾਂ ਹੀ ਜਾਲੀ ਬਣੇਗੀ ਔਰ ਨਾਲ ਤਿੰਨ ਤਿੰਨ ਕੁੰਡਿਆਂ ਦਾ ਇੱਕ ਇੱਕ ਹੋਏਗਾ, ਆਹ ਤਿੰਨ ਕੁੰਡੇ ਇੱਕ ਹੋ ਜਾਣਗੇ, ਇੱਥੇ ਜਾਲੀ ਬਣ ਜਾਏਗੀ। ਅਤੇ ਜੇ ਕਰਕੇ ਤੁਹਾਨੂੰ ਵੀ ਇਹ ਡਿਜ਼ਾਇਨ ਪਸੰਦ ਆਇਆ ਹੋਵੇ ਤਾਂ ਇਸਨੂੰ ਲਾਈਕ ਕਰਨਾ ਜੀ, ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਹੈ ਜੀ।